ਇੱਕ ਸੀ ਵੀਰੋ ਬਲੀ ਜਿਸ ਤੇ 7 ਭਰਾ ਸਨ। 7 ਭਰਾਵਾਂ ਦੀ ਲਾਡਲੀ ਭੈਣ ਨੂੰ ਭਰਾ ਪਿਆਰ ਨਾਲ ਵੀਰੋ ਕਹਿੰਦੇ ਸਨ। ਕਰਵਾ ਚੌਥ ਤੇ ਵਰਤ ਦਾ ਦਿਨ ਆਇਆ। ਵੀਰੋ ਕੁੜੀ ਨੇ ਆਪਣੀ ਭਾਬੀਆਂ ਦੇ ਨਾਲ ਇਹ ਵਰਤ ਰੱਖਿਆ। ਵੀਰੋ ਨੂੰ ਭੁੱਖੀ ਪਿਆਸੀ ਵੇਖ ਕੇ ਉਹਦੇ ਭਰਾਵਾਂ ਤੋਂ ਰਿਹਾ ਨਾ ਗਿਆ। ਉਹਨਾਂ ਨੇ ਜੰਗਲ 'ਚ ਦੂਰ ਜਾ ਕੇ ਅੱਗ ਲਾ ਕੇ ਚੰਦਰਮਾ ਵਰਗੀ ਰੋਸ਼ਨੀ ਕਰ ਦਿੱਤੀ। ਵੀਰਾਂ ਨੇ ਘਰ ਆ ਕੇ ਭੈਣ ਨੂੰ ਕਿਹਾ, ਦੇਖ ਵੀਰੋ ਤੇਰਾ ਚੰਨ ਚੜ੍ਹ ਆਇਆ। ਵੀਰੋ ਨੇ ਪੁੱਛਿਆ, ਭਾਬੀਆਂ ਦਾ ਚੰਨ ਤਾਂ ਚੜ੍ਹਿਆ ਨਹੀਂ, ਮੇਰਾ ਚੰਨ ਕਿਵੇਂ ਚੜ੍ਹ ਆਇਆ? ਭਰਾਵਾਂ ਨੇ ਲਾਡਲੀ ਅਤੇ ਅਣਜਾਣ ਭੈਣ ਨੂੰ ਕਿਹਾ, ਤੇਰੀ ਭਾਬੀਆਂ ਦਾ ਚੰਨ ਵੀ ਚੜ੍ਹ ਜਾਏਗਾ। ਇਸ ਭੁਲੇਖੇ ਵਿੱਚ ਆ ਕੇ ਵੀਰੋ ਦਾ ਵਰਤ ਟੁੱਟ ਗਿਆ। ਵੀਰੋ ਦਾ ਪਤੀ ਜੋ ਇੱਕ ਰਾਜਾ ਸੀ, ਗਹਿਰੀ ਨਿੰਦਰ ਵਿੱਚ ਸੌ ਗਿਆ ਅਤੇ ਉਹਦੇ ਸਰੀਰ ਵਿੱਚ ਸੂਈਆਂ ਹੀ ਸੂਈਆਂ ਚੁੱਭ ਗਈਆਂ। ਵੀਰੋ ਨੂੰ ਆਪਣੇ ਪਤੀ ਦੀਆਂ ਸੂਈਆਂ ਕੱਢਦੇ ਕੱਢਦੇ ਸਾਲ ਹੋ ਗਿਆ ਸੀ ਕਿ ਫਿਰ ਕਰਵਾ ਚੌਥ ਦਾ ਵਰਤ ਆ ਗਿਆ। ਕਰਵੜੇ ਵਿਕਣ ਨੂੰ ਆਏ, ਵੀਰੋ ਨੇ ਫਿਰ ਇਹ ਵਰਤ ਰੱਖਿਆ। ਮਨ ਵਿੱਚ ਪ੍ਰਣ ਕਰ ਲਿਆ ਕਿ ਉਹ ਚੰਦਰਮਾ ਨੂੰ ਅਰਕ ਉਦੋਂ ਹੀ ਦੇਵੇਗੀ ਜਦੋਂ ਸਾਰਿਆਂ ਦਾ ਚੰਨ ਚੜ੍ਹ ਜਾਏਗਾ। ਕਰਵਾ
ਵੀਰੋ ਰਾਜੇ ਦੀਆਂ ਸੂਈਆਂ ਕੱਢ ਰਹੀ ਸੀ ਕਿ ਕੋਈ ਮੰਗਣ ਵਾਲਾ ਉਹਦੇ ਦਰ ਉੱਤੇ ਆਇਆ। ਉਹ ਉੱਠ ਕੇ ਚਲੀ ਗਈ ਤੇ ਜੋ ਅਖੀਰਲੀ ਸੂਈ ਰਹਿ ਗਈ ਸੀ ਉਹ ਦਾਸੀ ਨੇ ਕੱਢ ਦਿੱਤੀ। ਰਾਜਾ ਗਹਿਰੀ ਨਿੰਦਰ ਵਿੱਚ ਉੱਠ ਗਿਆ ਤੇ ਦਾਸੀ ਨੂੰ ਹੀ ਆਪਣੀ ਰਾਣੀ ਸਮਝਣ ਲੱਗ ਗਿਆ। ਜੋ ਗੋਲੀ ਸੀ ਉਹ ਰਾਣੀ ਹੋਈ, ਜੋ ਰਾਣੀ ਸੀ ਉਹ ਗੋਲੀ ਹੋਈ। ਵੀਰੋ ਬੜੇ ਦੁੱਖ ਵਿੱਚ ਪੈ ਗਈ। ਇੱਕ ਦਿਨ ਰਾਜਾ ਪਰਦੇਸ ਜਾ ਰਿਹਾ ਸੀ। ਰਾਣੀ ਜਿਹੜੀ ਅਸਲ ਵਿੱਚ ਦਾਸੀ ਸੀ ਰਾਜੇ ਨੂੰ ਖੂਬ ਸਾਰੇ ਗਹਿਣੇ ਲਿਆਉਣ ਲਈ ਕਹਿੰਦੀ ਹੈ ਤੇ ਵੀਰੋ ਵਿਚਾਰੀ ਇੱਕ ਗੁੜੀਆ ਲਿਆਉਣ ਵਾਸਤੇ ਕਹਿੰਦੀ ਹੈ। ਰਾਜਾ ਵਾਪਸ ਆ ਕੇ ਉਹਨਾਂ ਦੋਨਾਂ ਨੂੰ ਆਪਣੀਆਂ ਆਪਣੀਆਂ ਚੀਜ਼ਾਂ ਦਿੰਦਾ ਹੈ ਤੇ ਵੀਰੋ ਵਿਚਾਰੀ ਆਪਣੇ ਦੁੱਖੜੇ ਗੁੜੀਆਂ ਨਾਲ ਫੋਲਦੀ ਰਹਿੰਦੀ ਸੀ ਤੇ ਅਕਸਰ ਕਹਿੰਦੀ ਸੀ ਕਿ ਜੋ ਗੋਲੀ ਸੀ ਉਹ ਰਾਣੀ ਹੋਈ, ਜੋ ਰਾਣੀ ਸੀ ਉਹ ਗੋਲੀ ਹੋਈ। ਇਹ ਸੁਣ ਕੇ ਰਾਜਾ ਸਾਰੀ ਗੱਲ ਸਮਝ ਗਿਆ। ਰਾਜੇ ਦੇ ਪੁੱਛਣ 'ਤੇ ਵੀਰੋ ਨੇ ਸਾਰੀ ਕਹਾਣੀ ਰਾਜੇ ਨੂੰ ਦੱਸ ਦਿੱਤੀ ਤੇ ਰਾਜੇ ਨੇ ਉਹਨੂੰ ਆਪਣੇ ਗੱਲ ਨਾਲ ਲਾ ਲਿਆ ਤੇ ਉਹਨੂੰ ਰਾਣੀ ਸਵੀਕਾਰ ਕਰ ਲਿਆ। ਗੋਲੀ ਸੀ ਸੋ ਗੋਲੀ ਹੋਈ, ਰਾਣੀ ਸੀ ਸੋ ਰਾਣੀ ਹੋਈ।
ਗਣੇਸ਼ ਜੀ ਦੀ ਕਿਰਪਾ ਨਾਲ ਵੀਰੋ ਦੇ ਦਿਨ ਫਿਰ ਹਰੇ ਭਰੇ ਹੋ ਜਾਂਦੇ ਹਨ। ਹੁਣ ਸਾਰਿਆਂ ਕੋਲ ਆਪਣੀ ਆਪਣੀ ਥਾਲੀਆਂ ਆ ਗਈਆਂ ਹਨ। ਮੱਥੇ ਨਾਲ ਲਾਓ ਤੇ ਚੁੰਮ ਲਓ। ਵਾਰ ਵਰਤੇ ਅੱਜ ਹੋਇਆ ਸ਼ੁਭ ਵਾਰ। ਸੁਹਾਗ ਰਾਣੀ ਦਾ ਸੁਹਾਗ ਭਾਗ, ਦੁੱਧ ਨਾਲ, ਪੁੱਤ ਨਾਲ, ਰਿਜਕ ਨਾਲ, ਭਾਗ ਨਾਲ, ਜੈਸਾ ਰਾਜ ਵੈਸਾ ਭਾਗ। ਹੁਣ ਹੱਥ ਵਿੱਚ ਪਾਣੀ ਲਓ, ਆਪਣਾ ਆਪਣਾ ਬੇਆ ਮਣਸੋ।